ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਨੇ ਦਾ ਪੁੱਤ ਬਣਾ ਕੇ ਹਟੂਗਾ। ਤੁਸੀਂ ਗਰੀਬਾਂ ਦਾ ਅੱਜ ਬਹੁਤ ਵੱਡਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਪਮਾਨ ਕੀਤਾ। ਤੁਹਾਨੂੰ ਆਪਣੀ ਔਕਾਤ ਦੇ ਵਿੱਚ ਆਉਣਾ ਪਊਗਾ। ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਤੌਜ ਪਿੰਡ 'ਚ ਭੇਜਾਂਗੇ। ਅੱਜ ਮੈਨੂੰ ਬਹੁਤ ਅਫਸੋਸ ਦੇ ਨਾਲ ਜਿਹੜਾ ਉਹ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ, ਬਹੁਤ ਭਰੇ ਮਨ ਦੇ ਨਾਲ, ਕਿ ਮੈਂ ਹਮੇਸ਼ਾ ਜ਼ਿੰਦਗੀ ਦੇ ਅੰਦਰ 40 ਸਾਲ ਗਰੀਬਾਂ ਲੋਕਾਂ ਦੇ ਲਈ ਲੜਦਾ ਰਿਹਾ, ਗਰੀਬਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੇ ਲਈ ਪੰਜਾਬ ਦੇ ਗਲੀਆਂ ਬਾਜ਼ਾਰਾਂ ਦੇ ਅੰਦਰ, ਕਿ ਦਲਿਤਾਂ ਦਾ, ਗਰੀਬਾਂ ਦਾ, ਪਛੜਿਆਂ ਦਾ ਸਨਮਾਨ ਹੋਵੇ, ਉਹਨਾਂ ਲਈ ਲੜਦਾ 40 ਸਾਲ ਬਾਅਦ ਭਾਵੇਂ ਮੈਂ ਪੰਜਾਬ ਦੀ ਵਿਧਾਨ ਸਭਾ ਦੀਆਂ ਗੈਲਰੀਆਂ ਦੇ ਅੰਦਰ ਬੈਠ ਕੇ ਭਾਸ਼ਣ ਸੁਣਿਆ ਕਰਦਾ ਸੀ, ਔਰ ਕਦੇ ਸੋਚਦਾ ਹੁੰਦਾ ਸੀ ਕਿ ਮੈਂ ਵੀ ਇੱਥੇ ਆ ਕੇ ਆਪਣੇ ਸਮਾਜ ਦੀ, ਲੋਕਾਂ ਦੀ, ਕੌਮ ਦੀ ਆਵਾਜ਼ ਬੁਲੰਦ ਕਰਾਂ। ਸੋ ਮੈਨੂੰ ਲੋਕਾਂ ਨੇ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ 'ਚ ਭੇਜਿਆ। ਮੈਂ ਹਮੇਸ਼ਾ ਲੋਕ ਮੁੱਦਿਆਂ ਦੇ ਉੱਤੇ ਪੰਜਾਬ ਦੀ ਵਿਧਾਨ ਸਭਾ 'ਚ ਬੋਲਦਾ। ਜਿਸ ਦਿਨ 1 ਤਰੀਕ ਨੂੰ ਇਹ ਸੈਸ਼ਨ ਸ਼ੁਰੂ ਹੋਣਾ ਸੀ, ਮੈਂ ਉਸ ਦਿਨ ਵੀ ਬਾਹਰ ਆਪਣੀਆਂ 12 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਔਰ 12 ਮੰਗਾਂ ਮੀਡੀਆ ਦੇ ਸਾਹਮਣੇ ਰੱਖੀਆਂ। ਉਹਨਾਂ ਦੇ ਵਿੱਚ ਇਹ ਮੁੱਖ ਮੰਗ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਕੇਜਰੀਵਾਲ ਜੀ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਦਲਿਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ। ਮੈਂ ਬਾਹਰ ਵੀ ਮੰਗ ਕੀਤੀ ਸੀ ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ, ਬਾਕੀ ਅਕਾਊਂਟਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ 'ਚ ਜਾ ਕੇ ਅਸੀਂ ਜ਼ਰੂਰ ਮੰਗ ਕਰਾਂਗੇ। ਔਰ ਜਿਸ ਵੇਲੇ ਬਿਲਾਸਪੁਰ ਸਾਹਿਬ ਬੋਲ ਰਹੇ ਸੀ, ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਓਗੇ? ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਿਤਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ। ਜੇ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਿਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ? ਜੇ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਹਾਂ, ਗਰੀਬਾਂ, ਦਲਿਤਾਂ, ਪਛੜਿਆਂ ਨੇ, ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ। ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਿਤ ਡਿਪਟੀ ਸੀਐਮ ਸਾਹਿਬ ਬਣਾਓ, ਮੈਂ ਸਤਿਕਾਰਯੋਗ ਲਫ਼ਜ਼ਾਂ ਦੇ ਨਾਲ ਕਿਹਾ ਨੂੰ, ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਿਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਓ, ਮੈਂ ਨਾਅਰੇ ਲਗਾ ਰਿਹਾ ਸੀ। ਔਰ ਇੰਨਾ ਅਪਮਾਨਜਨਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਦੌਰਾ ਪੈ ਗਿਆ, ਇਹਨੂੰ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਘਾਓ। ਸੀਐਮ ਸਾਹਿਬ, ਮੈਂ ਪੰਜਾਬ ਦਾ ਉਹ ਵਿਅਕਤੀ ਹਾਂ, ਮੈਂ ਕਾਂਸ਼ੀ ਰਾਮ ਸਾਹਿਬ ਦਾ ਪੈਰੋਕਾਰ ਹਾਂ, ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ, ਸੈਲਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ। ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ, ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਂਗਾ। ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ, ਤਾਂ ਮੈਂ ਦਲਿਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦਾਂਗਾ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਤੁਹਾਨੂੰ ਬੰਨੇ ਦਾ ਪੁੱਤ ਬਣਾ ਕੇ ਹਟੂਗਾ। ਤੁਸੀਂ ਗਰੀਬਾਂ ਦਾ ਅੱਜ ਬਹੁਤ ਵੱਡਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਅਪਮਾਨ ਕੀਤਾ। ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ, ਇਹਦਾ ਬਦਲਾ ਪੰਜਾਬ ਦੇ ਲੋਕ ਲੈਣਗੇ, ਪੰਜਾਬ ਦੇ ਦਲਿਤ ਲੈਣਗੇ। ਤੁਹਾਨੂੰ ਆਪਣੀ ਔਕਾਤ ਦੇ ਵਿੱਚ ਆਉਣਾ ਪਊਗਾ। ਆਹ ਪੰਜਾਬ ਦੇ ਅੰਦਰ
ਜੇ ਤੂੰ ਪਾਰਲੀਮੈਂਟ ਚੋਣਾਂ ਦੇ ਅੰਦਰ ਖੜਾ ਹੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇਰੇ ਖਿਲਾਫ ਇਲੈਕਸ਼ਨ ਲੜੂਗਾ, ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਤੌਜ ਪਿੰਡ 'ਚ ਭੇਜਾਂਗੇ। ਤੈਨੂੰ ਦਲਤਾਂ ਦਾ ਅਪਮਾਨ ਕਰਨ ਦਾ ਕੋਈ ਹੱਕ ਨਹੀਂ। 13ਵਾਂ ਮੇਰਾ ਖਿਆਲ ਗਵਰਨਰ ਐਡਰੈਸ ਸੀ। 13 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਅਸੀਂ ਜੋ ਹਾਲਾਤ ਵੇਖੇ, ਤੁਸੀਂ ਵੇਖਿਆ ਹੋਣਾ ਕਿ ਕਿਸ ਤਰ੍ਹਾਂ ਇੱਕ ਅਪਮਾਨ ਕੀਤਾ ਗਿਆ ਚੁਣੇ ਹੋਏ ਵਿਅਕਤੀ ਦਾ। ਔਰ ਉਹ ਮੰਗ ਕੀ ਕਰ ਰਿਹਾ ਸੀ? ਉਹ ਮੰਗ ਇਹ ਕਰ ਰਿਹਾ ਸੀ ਕਿ ਡਿਪਟੀ ਚੀਫ ਮਿਨਿਸਟਰ ਕਿਸੇ ਦਲਿਤ ਵਿਅਕਤੀ ਨੂੰ ਬਣਾਓ, ਔਰ ਇਹ ਕਹਿ ਦੇਣਾ ਉਹਨੂੰ, ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ, ਜਿਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ, ਇਸ ਤੋਂ ਵੱਡਾ ਅਹੰਕਾਰ ਨਹੀਂ ਕੋਈ ਹੋ ਸਕਦਾ। ਸੋ ਪਹਿਲਾਂ ਹੀ ਬਾਜਵਾ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅੱਜ ਕੁਐਸਚਨ ਆਰ ਹੋਣਾ ਸੀ। ਪਹਿਲਾਂ ਕੁਐਸਚਨ ਆਰ ਸਾਡਾ ਮੂਲ ਅਧਿਕਾਰ ਹੈ, ਔਰ ਹਮੇਸ਼ਾ ਪਹਿਲਾਂ ਸਵਾਲ ਜਵਾਬ ਹੁੰਦੇ ਹੈ, ਔਰ ਫਿਰ ਸਵਾਲ ਜਵਾਬ ਤੋਂ ਬਾਅਦ ਜ਼ੀਰੋ ਆਰ ਹੁੰਦਾ ਹੈ। ਔਰ ਉਸ ਤੋਂ ਪਹਿਲਾਂ ਹੀ ਇਹ ਤਾਲੇ ਵਾਲੀ ਹਰਕਤ ਤੇ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਤਾਂ ਜੋ ਆਪੋਜੀਸ਼ਨ ਆਪਦੀ ਗੱਲ ਨਾ ਕਰ ਸਕੇ। ਆਹ ਸਾਰੀਆਂ ਤਿਆਰੀਆਂ ਸਾਰੇ ਵਿਅਕਤੀਆਂ ਨੇ ਅੱਡ ਤਿਆਰੀਆਂ ਕਰਕੇ ਲੈ ਕੇ ਗਏ ਸੀ ਆਪਦੀ ਗੱਲ ਕਰਨ ਵਾਸਤੇ ਗਵਰਨਰ ਐਡਰੈਸ ਤੇ। ਲੇਕਿਨ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ, 3-4 ਵਾਰੀ ਮੂਵਮੈਂਟ ਬਣੀ ਕਿ ਇਹਨਾਂ ਦੇ MLA ਸਾਹਿਬ ਆ ਗਏ ਘੇਰ ਕੇ, ਵੀ ਜਿਵੇਂ ਸਾਡੀਆਂ ਪੱਗਾਂ ਲਾਉਣੀਆਂ ਹੁੰਦੀਆਂ। ਅਸੀਂ ਕੋਈ ਇੱਥੇ ਪੱਗਾਂ ਲਵਾਉਣ ਨਹੀਂ ਆਏ, ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਵਾਸਤੇ ਆਏ। ਆਪ ਇੰਨੀ ਜੋ ਮਰਜ਼ੀ ਤੂੰ ਮੈਂ ਕੀ ਕਰੀ ਜਾਣ, ਪਰ ਅਗਰ ਕੋਈ ਵਿਅਕਤੀ ਗੱਲ ਕਰ ਲਏ ਤਾਂ ਸਾਰੇ ਜਾਣੇ ਇਕੱਠੇ ਹੋ ਕੇ ਉਹਦੀ ਪੱਗ ਲਾਉਣ ਦਾ ਉਪਰਾਲਾ ਕਰਦੇ ਹੈ। ਸੋ ਮੈਂ ਸਮਝਦਾ ਕਿ ਅੱਜ ਬਹੁਤ ਮਾੜਾ ਦਿਨ ਸੀ। ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਦਿਨ ਜਿਹੜਾ ਹੈ ਇਹ ਕਾਲੇ ਅੱਖਰਾਂ ਨਾਲ ਲਿਖਿਆ ਜਾਊਗਾ, ਔਰ ਸਪੀਕਰ ਸਾਹਿਬ ਨੇ ਵੀ ਆਪਦਾ ਰੋਲ ਨਹੀਂ ਅਦਾ ਕੀਤਾ। ਹਰ ਪਰਚੀ 2-2 ਮਿੰਟਾਂ ਬਾਅਦ ਮੁੱਖ ਮੰਤਰੀ ਸਾਹਿਬ ਉੱਤੇ ਭੇਜਦੇ ਸਨ, ਪਹਿਲਾਂ ਲੰਚ ਅਨਾਊਂਸ ਕਰਤਾ ਤੇ ਫਿਰ ਉਹਨਾਂ ਨੇ ਕਿਹਾ ਲੰਚ ਅੱਜ ਕੈਂਸਲ ਹੈ, ਜਿਹਨੇ ਕਰਨਾ ਕਰਿਓ, ਦੂਜੇ ਇਹ ਚਲਦੀ ਰਹੇਗੀ ਵਿਧਾਨ ਸਭਾ, ਕੋਈ ਗੱਲ ਨਹੀਂ। ਲੇਕਿਨ ਮੈਂ ਸਮਝਦਾ ਕਿ ਇਸ ਤਰ੍ਹਾਂ ਚੁਣੇ ਹੋਏ ਵਿਅਕਤੀਆਂ ਦਾ ਅਪਮਾਨ ਹੈ ਜਿਹੜਾ, ਇਹ ਰੱਬ ਤੋਂ ਡਰਨ ਵਾਲੀ ਗੱਲ ਹੈ। ਸੱਚੇ ਪਾਤਸ਼ਾਹ ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ, ਤੇ ਬਾਣੀ 'ਚ ਗਰੀਬਾਂ ਵਾਸਤੇ ਕੀ ਲਿਖਿਆ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਗਰੀਬਾਂ ਵਾਸਤੇ ਪਾਤਸ਼ਾਹੀਆਂ ਦਿੱਤੀਆਂ। ਤੇ ਤੁਸੀਂ ਇਹ ਕਹੋ ਵੀ ਇਹਨੂੰ ਦੌਰਾ ਪੈ ਗਿਆ, ਜੇ ਉਹਨੇ ਕੋਈ ਮੰਗ ਰੱਖ ਲਈ ਤੇ ਇਹਨੂੰ ਜੁੱਤੀ ਸੰਘਾਓ, ਇਹ ਬਹੁਤ ਮਾੜੇ ਸ਼ਬਦ ਨੇ। ਮੈਰੀ ਕਰੇਲੇ ਸ਼ਬਦਾਂ 'ਚ ਮੈਂ ਨਿੰਦਾ ਕਰਦਾ, ਔਰ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਆਹ ਸਰਕਾਰ ਤੁਸੀਂ ਚੁਣ ਕੇ ਭੇਜੀ ਹੈ, ਜਿਹੜੀ ਸਰਕਾਰ ਗਰੀਬਾਂ ਦੀ ਗੱਲ ਤਾਂ ਕੀ ਕਰਨੀ ਸੀ, ਇਹਨਾਂ ਨੂੰ ਛਿੱਤਰ ਸੰਘਾਉਣ ਦੀ ਗੱਲ ਕਰਦੀ ਹੈ। ਸੋ ਇੰਨਾ ਹੀ ਕਹਿੰਦਾ ਹੋਇਆ ਇਹ ਨਵੀਆਂ ਪਿਰਤਾਂ ਤੇ ਨਵਾਂ ਬਦਲਾਵ ਇਹ ਪਹਿਲੀ ਵਾਰੀ ਵੇਖਣ ਨੂੰ ਮਿਲਿਆ, ਜਿਹੜਾ ਲੋਕਤੰਤਰ ਦਾ ਕਤਲ ਅੱਜ ਪੰਜਾਬ ਦੀ ਸਰਕਾਰ ਨੇ ਕੀਤਾ ਔਰ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਕੀਤਾ।